ਸਦਭਾਵਨਾ ਗਰੁੱਪ ਆਫ ਕਾਲਜਿਸ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਲਾਲਦੀਵਾਲ ਵਿਖੇ ਚਲਾਏ ਜਾ ਰਹੇ ਸਦਭਾਵਨਾ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਵਿਖੇ ਪਿਛਲੇ ਦਿਨੀਂ ਫਾਊਂਡੇਸ਼ਨ ਡੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਯੁਗ ਯੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਨ ਕੀਤੇ ਗਏ। ਜਾਂ ਕੈ ਮਨ ਲਾਗਾ ਪ੍ਰਮੀਠਾ ਜੇ ਜਨੇ ਆਪਣਾ ਹੁਕਮ ਮਨਾਇਆ ਅਗਨਤ ਸਾਹੋ ਆਪਣੀ ਦੇ ਰਾਸ ਆਪਣੀ ਅਮਾਨ ਕਛ ਬਾਹਰ ਸਾਹੋਲੇ ਆਪਣੀ ਪ੍ਰਤੀਤ ਆਪ ਹੀ ਖੋਵੈ ਜਿਸਕੀ ਬਸਤੀ ਸੇ ਆਗੈ ਰਾਖੈ ਉਸ ਤੇ ਚੋਗਨ ਕਰੈ ਨਿਹਾਲ ਅਨਕ ਭਾਂਤ ਮਾਇਆ ਕੇ ਹੇਤ ਬਿਰ ਕੀ ਛਾਇਆ ਸਿਉ ਰੰਗ ਲਾਵੈ ਜੋ ਦਿਸੈ ਸੋ ਚਾਲਣ ਹਾਰ ਬਟਾਉ ਸਿਉ ਜੋ ਲਾਵੈ ਨੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਰਥ ਹਸਤੀ ਅਸਤ ਬਸਤਰਾ ਮਿਥਿਆ ਧਰੋ ਮੋ ਅਭਿਮਾਨ ਅਸਥਿਰ ਭਗਤ ਸਾਧਕੀ ਸ਼ਰਣ ਮਿਥਿਆ ਸਰਵਣ ਪਰ ਨਿੰਦਾ ਸੁਨੈ ਬ੍ਰਹਮ ਗਿਆਨੀ ਕੈ ਧੀਰਜੇਕ ਬ੍ਰਹਮ ਗਿਆਨੀ ਕਹਿ ਹੈ ਗਨਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਬ੍ਰਹਮ ਗਿਆਨੀ ਸਗਲ ਕੀਰੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬ੍ਰਹਮ ਗਿਆਨੀ ਏਕੋ ਪ੍ਰਿਆਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈ ਹੈ।
ਇਸ ਉਪਰੰਤ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਦੇ ਹੋਏ ਸਮੁੱਚੀ ਸੰਗਤ ਵੱਲੋਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਨ ਕੀਤਾ ਗਿਆ। ਇਸ ਉਪਰੰਤ ਕਾਲਜ ਦੇ ਆਡੀਟੋਰੀਅਮ ਵਿਖੇ ਪਤਵੰਤਿਆਂ ਵੱਲੋਂ ਡਾਕਟਰ ਮਧੂਮਿਤਾ ਬੈਨਰਜੀ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੋਸ਼ਨ ਕਰਦਿਆਂ ਹੋਇਆਂ ਇਸ ਪ੍ਰੋਗਰਾਮ ਨੂੰ ਉਲੀਕਿਆ ਗਿਆ, ਜਿਸ ਵਿੱਚ ਸਵਰਗਵਾਸੀ ਡਾਕਟਰ ਅਰਿੰਦਮ ਕਾਂਤਾ ਬੈਨਰਜੀ ਨੂੰ ਦਿਲੋਂ ਯਾਦ ਕਰਦਿਆਂ ਹੋਇਆਂ ਮੁੱਖ ਮਹਿਮਾਨ ਡਾਕਟਰ ਜਤਿੰਦਰ ਕੌਰ ਗਿੱਲ, ਸੰਜੀਵ ਪੁਰੀ, ਮੈਡਮ ਨੀਰਜਾ ਅਤੇ ਹੋਰਨਾਂ ਵੱਲੋਂ ਆਪਣੇ ਜਜ਼ਬਾਤ ਪੇਸ਼ ਕੀਤੇ ਗਏ। ਡਾਕਟਰ AK ਬੈਨਰਜੀ ਅਤੇ ਡਾਕਟਰ ਮਧੂਮਿਤਾ ਬੈਨਰਜੀ ਨੇ ਹੋਸਪਿਟਲ ਸਟਾਰਟ ਕੀਤਾ ਔਰ ਉਸ ਤੋਂ ਬਾਅਦ ਬੰਗਾਲ ਇੰਸਟੀਚਿਊਟ ਆਫ ਹੈਲਥ ਸਾਇੰਸ ਨਰਸਿੰਗ ਸਕੂਲ ਸਟਾਰਟ ਕੀਤਾ। 2001 ਦੇ ਵਿੱਚ ਪੰਜਾਬ ਗਵਰਨਮੈਂਟ ਤੋਂ PNRC ਤੋਂ ਨਰਸਿੰਗ ਸਕੂਲ ਦੀ ਪਰਮਿਸ਼ਨ ਲੈ ਕੇ 20 ਸੀਟਾਂ ਤੋਂ ਇਹ ਸਦਭਾਵਨਾ ਗਰੁੱਪ ਆਫ ਦੀ ਸ਼ੁਰੂਆਤ ਕੀਤੀ। ਮੈਂ ਜਦੋਂ ਵੀ ਡਾਕਟਰ ਬੈਨਰਜੀ ਨੂੰ ਹੁਣ ਯਾਦ ਕਰਦੀ ਹਾਂ ਤਾਂ ਮੈਂ ਬਹੁਤ ਭਾਵੁਕ ਹੋ ਜਾਂਦੀ ਹਾਂ। ਉਹਨਾਂ ਨੇ ਮੈਨੂੰ ਚੱਲਣਾ ਸਿਖਾਇਆ, ਤੁਰਨਾ ਸਿਖਾਇਆ। ਹਮੇਸ਼ਾ ਸਾਰੇ ਸਟਾਫ ਨੂੰ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਦੀ ਸਿੱਖਿਆ ਦਿੰਦੇ ਰਹੇ। ਕਾਨਫਰੰਸ ਰੂਮ ਸਾਰੇ ਸਟਾਫ ਨੂੰ ਬੈਠ ਕੇ ਸਿੱਖਿਆ ਦਿੰਦੇ ਰਹੇ। ਸਰ ਬਹੁਤ ਸਟਰੋਂਗ ਸੀ, ਅਚਾਨਕ ਬੇਟੇ ਦੀ ਡੈਥ ਹੋਣ ਕਾਰਨ ਸਰ ਟੁੱਟ ਗਏ। ਅਭਿਸ਼ੇਕ ਬੇਟਾ ਹਮੇਸ਼ਾ ਮੈਨੂੰ ਯਾਦ ਆਉਂਦਾ, ਮੈਂ ਉਹਨਾਂ ਨੂੰ ਯਾਦ ਕਰਕੇ ਆਲਵੇਜ਼ ਰੋਂਦੀ ਹਾਂ। ਸਾਡਾ ਜਿਹੜਾ ਕਾਲਜ ਹੈ ਇਹਦੇ ਜਿਹੜੇ ਟੀਚਰਸ ਨੇ ਬੜੇ ਐਫਰਟ ਕਰ ਰਹੇ ਨੇ, ਉਹ ਵੀਡੀਓਜ਼ ਡਾਊਨਲੋਡ ਕਰਦੇ ਨੇ ਸਟੂਡੈਂਟਸ ਨੂੰ CTET ਦੇ ਲਈ ਅਲੱਗ ਅਲੱਗ ਕੋਚਿੰਗਸ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਸੋ ਦੈਟ ਕਿ ਜਿਹੜੇ ਸਟੂਡੈਂਟਸ ਨੇ ਆਫਟਰ BEd ਅਨਇੰਪਲੋਇਮੈਂਟ ਦੇ ਸ਼ਿਕਾਰ ਨਾ ਹੋਣ, ਬਲਕਿ ਉਹਨਾਂ ਨੂੰ ਪ੍ਰੋਪਰ ਕਿਸੇ ਅੱਛੇ ਸਕੂਲ ਦੇ ਵਿੱਚ ਗਵਰਨਮੈਂਟ ਇੰਸਟੀਟਿਊਸ਼ਨ ਦੇ ਵਿੱਚ ਉਹ ਇੰਪਲੋਇਡ ਜਿਹੜੇ ਨੇ ਹੋ ਸਕਣ। ਇੱਕ ਐਸਾ ਵਰਿਸ਼ ਲਗਾਇਆ ਜਿਸਮੇ ਰਾਸ਼ਟਰ ਨਿਰਮਾਣ ਕੀ ਸਾਧਨਾ ਹੈ ਔਰ ਇਹ ਜੋ ਸਾਧਨਾ ਹਮ ਕਰ ਰਹੇ ਹਾਂ ਨਾ, ਇਹ ਡਾਕਟਰ ਸਾਹਿਬ ਨੇ ਮਾਲੂਮ ਹੈ ਕਿਆ ਸੋਚ ਕੇ ਲਗਾਈ ਸੀ ਕਿ ਇਹ ਸਾਧਨਾ ਨਿਰੰਤਰ ਚੱਲੇਗੀ। ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਮੀਨਿੰਗ ਛੁਪਿਆ ਹੋਇਆ, ਸਦਭਾਵਨਾ ਵੀ ਬਿਲਡ ਹਿਊਮਨ ਕੈਪੀਟਲ, ਬਹੁਤ ਵੱਡੀ ਚੀਜ਼ ਹੈ ਬੱਚੋ। ਔਰ ਮੈਂ ਇਹ ਕਹਿੰਦੀ ਹਾਂ ਵੀ ਜਿਹੜੇ ਇੱਥੇ ਤੁਸੀਂ ਸਾਰੇ ਜਾਣੇ ਐਡਮਿਸ਼ਨ ਲੈ ਕੇ ਪੜ੍ਹ ਰਹੇ ਹੋ, ਤੁਹਾਡੀ ਤਾਂ ਜ਼ਿੰਦਗੀ ਹੀ ਬਦਲ ਜਾਣੀ ਹੈ ਇਸ ਇੰਸਟੀਟਿਊਸ਼ਨਸ ਦੇ ਕਰਕੇ। ਸੋ ਇਹ ਸਭ ਉਹਨਾਂ ਨੇ ਜੋ ਕੁਛ ਵੀ ਕੀਤਾ, ਇੱਥੇ ਇੱਕ ਕਹਿ ਲਓ ਜੰਗਲ 'ਚ ਮੰਗਲ ਲਾਇਆ ਹੈਗਾ ਆ ਕੇ, ਇਹ ਸ਼ਾਇਦ ਸਾਰਾ ਕੁਛ ਤੁਹਾਡੇ ਵਾਸਤੇ ਹੀ ਸੀ। ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਸੁਪੀਰੀਅਰ ਕਦੇ ਨਹੀਂ ਗਿਣਿਆ। ਹਮੇਸ਼ਾ ਇੱਕ ਚੀਜ਼ ਚੱਲਦੀ ਸੀ ਕਿ ਮੈਂ ਤੁਹਾਡੇ ਤੋਂ ਸਿੱਖ ਰਿਹਾ, ਤੁਸੀਂ ਮੇਰੇ ਤੋਂ ਸਿੱਖੋ। ਔਰ ਸੀਰੀਅਸਲੀ ਅਸੀਂ ਬਹੁਤ ਕੁਛ ਸਿੱਖਿਆ, ਬਹੁਤ ਕੁਛ, ਮਤਲਬ ਕਾਊਂਟਲੈਸ। ਅੰਤ ਵਿੱਚ ਡਾਇਰੈਕਟਰ ਮੈਡਮ ਮਧੂਮਿਤਾ ਬੈਨਰਜੀ ਵੱਲੋਂ ਆਪਣੇ ਸ਼ਬਦਾਂ ਰਾਹੀਂ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਮੈਂ ਡਾਕਟਰ ਮਧੂਮਿਤਾ ਬੈਨਰਜੀ, ਸਦਭਾਵਨਾ ਗਰੁੱਪ ਆਫ ਇੰਸਟੀਟਿਊਟਸ ਰਾਏਕੋਟ, ਜ਼ਿਲ੍ਹਾ ਲੁਧਿਆਣਾ ਤੋਂ। ਔਰ ਅੱਜ ਸਾਡੇ ਰਾਏਕੋਟ 'ਚ ਅਸੀਂ ਆਪਣਾ ਫਾਊਂਡਰਸ ਡੇ ਸਥਾਪਨਾ ਦਿਵਸ ਮਨਾਇਆ ਹੈ। ਇਹ ਸਾਡੇ ਫਾਊਂਡਰ ਚੇਅਰਮੈਨ ਡਾਕਟਰ AK ਬੈਨਰਜੀ, ਜਿਨ੍ਹਾਂ ਦੀ ਹਾਲੀ ਸਵਰਗਵਾਸੀ ਹੋਏ, ਉਹਨਾਂ ਦੀ ਯਾਦ 'ਚ ਇਹ ਵਾਲਾ ਦਿਨ ਅਸੀਂ ਮਨਾਉਂਦੇ ਹੈਗੇ। ਔਰ ਅੱਜ ਅਸੀਂ ਸਾਰੇ ਇਕੱਠੇ ਹੋਏ, ਸਾਡੇ ਸਾਰੇ ਬੱਚੇ ਇਕੱਠੇ ਹੋਏ, ਔਰ ਅੱਜ ਤੋਂ ਅਸੀਂ ਫੋਰਮਲ ਸਟਾਰਟਿੰਗ ਆਫ ਦਾ ਸੈਸ਼ਨ ਕਰਦੇ ਹੈਗੇ। ਸ਼ੁਰੂਆਤ ਹੋਈ ਬਹੁਤ
ਪਾਵਨ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ, ਔਰ ਬਹੁਤ ਸੋਹਣਾ ਸਮਾਂ ਸੀ। ਮੇਰੇ ਨਾਲ ਡਾਕਟਰ ਜਤਿੰਦਰ ਗਿੱਲ ਹੈਗੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹਾਲ ਹੀ ਰਿਟਾਇਰਡ ਹੋਏ, ਇੱਕ ਐਜੂਕੇਸ਼ਨਿਸਟ ਹੈਗੇ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਕੱਢਿਆ ਸਾਡੇ ਕੋਲ, ਸਾਡੇ ਦੇ ਨਾਲ ਸ਼ਾਮਿਲ ਹੋਣ ਲਈ। ਕੁਛ ਅਸੀਂ ਉਪਲਬਧੀਆਂ ਹੋਈਆਂ ਹੈ ਔਰ ਕੁਛ ਜੋ ਕਰਨਾ ਚਾਹੁੰਦੇ ਸੀ ਡਾਕਟਰ ਏ ਕੇ ਬੈਨਰਜੀ, ਅੱਜ ਉਹ ਸਾਡੇ ਨਾਲ ਨਹੀਂ ਹੈਗੇ, ਬਟ ਉਹ ਸਾਡੇ ਨਾਲ, ਉਹਨਾਂ ਦੀ ਆਤਮਾ ਹਜੇ ਵੀ ਸਾਡੇ ਨਾਲ ਹੀ ਹੈ ਔਰ ਸਾਨੂੰ ਹਰ ਬਹੁਤ ਸਾਰੇ ਆਈਡੀਆਜ਼, ਬਹੁਤ ਸਾਰੀ ਚੀਜ਼ਾਂ ਹੈਗੀਆਂ, ਹਰ ਪਲ ਹਰ ਸ਼ਨ ਸਾਨੂੰ ਯਾਦ ਦਿਲਾਉਂਦੇ ਹੈਗੇ ਕਿ ਕਿਸ ਤਰ੍ਹਾਂ ਅਸੀਂ ਇਸ ਉਪਰਾਲੇ ਨੂੰ ਅੱਗੇ ਲੈ ਕੇ ਜਾਣਾ ਹੈਗਾ। ਜਿਵੇਂ ਨਵੇਂ ਸਕੋਲਰਸ਼ਿਪਸ, ਅੱਜ ਸਾਡੇ ਜਿਹੜੇ ਮੈਰੀਟੋਰੀਅਸ ਬੱਚੇ ਹੈ ਉਹਨਾਂ ਦੇ ਲਈ ਸਕੋਲਰਸ਼ਿਪਸ ਹੈਗੀਆਂ, ਸਾਡੇ ਟੀਚਰਾਂ ਦੇ ਲਈ ਕੁਛ ਨਵੀਂ ਵਰਕਸ਼ਾਪਸ ਹੈਗੀਆਂ, ਸਾਡੇ ਕੈਂਪਸ ਨੂੰ ਰਿਨਿਊਏਬਲ ਐਨਰਜੀ ਰਿਸੋਰਸਿਸ ਦੇ ਨਾਲ ਅਸੀਂ ਉਹਨਾਂ ਨੂੰ ਐਨਕਰੇਜ ਕਰਨ ਲਈ ਸਾਰਾ ਦਾ ਸਾਰਾ ਅਸੀਂ ਸੋਲਰ ਲਾਈਟਸ ਅਤੇ ਸੋਲਰ ਪੈਨਲਿੰਗ ਦਾ ਕੰਮ ਕਰਾ ਰਹੇ ਹਾਂ। ਇਹਦੇ ਇਲਾਵਾ ਅਸੀਂ ਇੱਕ ਡਿਗਰੀ ਕਾਲਜ ਦਾ ਵੀ ਨੀਂਹ ਪੱਥਰ ਰੱਖਣ ਦਾ ਵਿਦਇਨ 6 ਮੰਥਸ ਅਸੀਂ ਸ਼ੁਰੂ ਕਰਾਂਗੇ। ਜੇ ਤੁਹਾਡਾ ਸਭ ਦਾ ਸਪੋਰਟ ਹੋਊਗਾ, ਤੁਹਾਡੇ ਸਭ ਦੀ ਬੈਸਟ ਵਿਸ਼ਿਜ਼ ਹੋਣਗੀਆਂ ਤਾਂ ਅਸੀਂ ਜ਼ਰੂਰ ਕਰਾਂਗੇ। ਔਰ ਹਰ ਸਾਲ ਅਸੀਂ 1 ਅਕਤੂਬਰ ਨੂੰ ਆਪਣਾ ਫਾਊਂਡਰਸ ਡੇ ਮਨਾਉਂਦੇ ਹੈਗੇ, ਸਦਭਾਵਨਾ ਕਾਲਜ ਆਫ ਐਜੂਕੇਸ਼ਨ, ਸਦਭਾਵਨਾ ਕਾਲਜ ਆਫ ਨਰਸਿੰਗ ਅਤੇ ਮੈਨੇਜਮੈਂਟ ਐਂਡ ਟੈਕਨੋਲੋਜੀ, ਉਹਨਾਂ ਸਭ ਦੀ ਤਰਫ ਤੋਂ, ਸਾਰੇ ਟੀਚਰਸ ਵੱਲੋਂ, ਸਟੂਡੈਂਟਸ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ।